सतगुरां दी साजी अते नवाजी साध संग जीओ करो रसना पवित्र अते गज के कहो जी वाहिगुरु जी का खालसा वाहिगुरु जी की फतेह। साध संग जीओ अज दे प्रोग्राम विच इतिहास पेश किया जा रहा है शहीद बाबा वीर सिंह जी दे जन्म दिहाड़े नूं मुख रख के एक कविता रिकॉर्ड कराई जा रही है। सो पेश कर रहे हैं बाबा नत्था जी, बाबा अब्दुल्ला जी, श्रोमणी ढाडी सभा दा कमिश्नर जथा, इंटरनेशनल डबल गोल्ड मेडलिस्ट कमिश्नर ज्ञानी सुलखन सिंह जी रियाल, सचखंड वासी बापू गुरनाम सिंह जी पीरू वाले दे शिगिरद, भाई हरदयाल सिंह हीरा पिंड हाजी वाला जिला फिरोजपुर साथ निभा रहे हैं, भाई लखविंदर सिंह जी सरपंच पिंड फुलरवन, भाई सतनाम सिंह जी पिंड पीर के खानगढ़। साध संग जीओ बाबा वीर सिंह जी का जन्म सावन सुदी तीज 3 सावन 1770 दे लगभग पिंड गंगोबुआ जिला श्री तरन तारण दे विच होया। सरदार सेवा सिंह दे घर माता निहाल कौर दी पुत्र कुख नूं भाग ला के बाबा वीर सिंह जी प्रकाशमान होए, बाबा वीर सिंह जी जवान होए। यह गल मैं उस समय दी करन जा रहा हाँ जदों बाबा वीर सिंह जी फौज की नौकरी छड़ के अपने पिंड आण के रब की भगति विच लीन हो चुके सन। साध संग जीओ एक बार कुछ संगतां जिन्हां ने दरबार साहब हरिमंदर साहब विखे दर्शन करन जाने सन जदों बाबा जी दे पिंड पहुंचियां सेवादारां ने बेनती की बाबा जी गुरु की संगत आई है। बाबा जी कहन लगे भाई लंगर का प्रबंध किया जाए। सौन का महीना सी, बरसातां दे दिन सन, मीह पैण करके बालन गिला हो चुका सी। सेवादारां ने बेनती की बाबा जी बालन गिला हो चुका है। बाबा जी अपने घर गए, दरवाजे ला के कड़ियां ला के मचा के ਜ਼ਿਲ੍ਹਿਆਂ ਦੇ ਵਿੱਚ ਲੰਗਰ ਤਿਆਰ ਕਰਕੇ ਗੁਰੂ ਕਹਿ ਸਕਤਾਂ ਨੂੰ ਛਕਾਇਆ ਗਿਆ। ਮਾਤਾ ਜੀ ਇਸ ਗੱਲ ਤੋਂ ਬੜੇ ਨਾਰਾਜ਼ ਹੋਏ, ਜਿਵੇਂ ਬਾਬਾ ਜੀ ਮਾਤਾ ਜੀ ਬਾਬਾ ਜੀ ਨੂੰ ਕੁਝ ਕਹਿ ਰਹੇ ਸਨ ਉਸ ਵੇਲੇ ਦੀ ਕਹਾਣੀ ਇਸ ਛੰਦ ਦੇ ਵਿੱਚ ਹੈ। ਇਹਨੂੰ ਪੇਸ਼ ਕੀਤੀ ਜਾ ਰਹੀ ਹੈ। ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤੇ ਕਰਾਮਾ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਪਿੰਡ ਸੰਗਤ ਆਈ ਜਾ ਸੰਗਤ ਆਈ ਜਾ ਅੱਜ ਪਹਾਰੀ, ਫਿਰ ਲੰਗਰ ਬਣਾਉਣ ਲਈ ਬਾਬਾ ਸਾਹਿਬ ਨੇ ਕਰੀ ਤਿਆਰੀ। ਤਨ ਬਾਲਣ ਗਿੱਲੇ ਨੂੰ ਮਨ ਵਿੱਚ ਕਰਦੇ ਫੇਰ ਸਲਾਮੀ, ਮਾਤਾ ਕਹਿ ਵੀਰ ਸਿਆ ਜਿੱਧਰ ਮੂੰਹ ਹੁੰਦਾ ਤੂੰ ਜਾਵੀ। ਸੰਗਤ ਆਈ ਜਾ ਸੰਗਤ ਆਈ ਜਾ ਅੱਜ ਭਾਰੀ, ਫਿਰ ਲੰਗਰ ਬਣਾਉਣ ਲਈ ਬਾਬਾ ਸਾਹਿਬ ਨੇ ਕਰੀ ਤਿਆਰੀ। ਤਖ ਬਾਲਣ ਗਿੱਲੇ ਨੂੰ ਮਨ ਵਿੱਚ ਕਰਦੇ ਫੇਰ ਸਲਾਮੀ, ਮਾਤਾ ਕਹਿ ਵੀਰ ਸਿਆ ਜਿੱਧਰ ਮੂੰਹ ਹੁੰਦਾ ਤੂੰ ਜਾਵੀ। ਜਦ ਤੱਕਿਆ ਬਾਬਾ ਜੀ ਬਾਲਣ ਗਿੱਲਾ ਬਾਰਿਸ਼ ਪੈਂਦੀ, ਫਿਰ ਜੋਤ ਅਗੰਮੀ ਸੇਵਾ ਬਿਨਾਂ ਕਦੇ ਨਾ ਰਹਿੰਦੀ। ਪਰ ਸੇਵਾ ਸੰਗਤ ਦੀ ਸਤਿਗੁਰ ਜੀ ਦਾ ਦਾਸ ਕਹਾਵੀ, ਮਾਤਾ ਦੇ ਵੀਰ ਸਿਆ ਜਿੱਧਰ ਮੂੰਹ ਹੁੰਦਾ ਤੂੰ ਜਾਵੀ। ਬਾਲੇ ਕੜੀਆਂ ਜੋ ਸਭੇ ਬਾਲਣ ਥਾਈ ਮਚਾਇਆ, ਕਰ ਲੰਗਰ ਤਿਆਰ ਸੰਤਾਂ ਸਾਰੀ ਸੰਗਤ ਤਾਈ ਛਕਾਇਆ। ਕਰ ਸੇਵਾ ਸਿਮਰਨ ਤੇ ਮਨ ਵਿੱਚ ਨਾਨਕ ਨਾਮ ਧਿਆਵੀ, ਮਾਤਾ ਕਹਿ ਵੀਰ ਸਿਆ ਜਿੱਧਰ ਮੂੰਹ ਹੁੰਦਾ ਤੂੰ ਜਾਵੀ। ਪਤਾ ਲੱਗਿਆ ਪਤਾ ਲੱਗਿਆ ਮਾਤਾ ਨੂੰ ਗੁੱਸੇ ਦਿਲ ਚ ਆ ਕੇ ਆਖੇ, ਘਰ ਤੁਸਾਂ ਉਜਾੜ ਦਿੱਤਾ ਬਣੇ ਜੋ ਦੇਸ਼ ਵਤਨ ਦੇ ਰਾਖੇ। ਹੁਣ ਇੱਥੋਂ ਚਲਿਆ ਜਾ ਕੇ ਫਿਰ ਨਾ ਮੁੱਖ ਵਿਖਾਵੀ, ਮਾਤਾ ਕਹਿ ਵੀਰ ਸਿਆ ਜਿੱਧਰ ਮੂੰਹ ਹੁੰਦਾ ਤੂੰ ਜਾਵੀ। ਛੱਡ ਨੌਕਰੀ ਆ ਗਿਆ ਏ ਕਿਤੇ ਵੀ ਕੋਈ ਨਾ ਮਾਰੀ ਮੱਲਾ, ਮਿਹਨਤ ਜੋ ਕਰਦੇ ਨੇ ਉਹੀਓ ਜਗਤ
ਕੱਟੇ ਖੱਟ ਦੇ ਪੱਲਾ ਕਰ ਮਿਹਨਤ ਰੱਜ ਰੱਜ ਕੇ ਸਭੇ ਸੁੱਖ ਜਗ ਦੇ ਭਾਵੀ ਮਾਤਾ ਕੈ ਵੀਰ ਸਿਆਂ ਜਿੱਧਰ ਮੂੰਹ ਹੁੰਦਾ ਤੂੰ ਜਾਵੀ ਹੱਸ ਕਹਿੰਦੇ ਮਾਤਾ ਨੂੰ ਤੁਹਾਡਾ ਹੁਕਮ ਜੋ ਤੋੜਨ ਬਾਵਾਂ ਕਰ ਸੇਵਾ ਭਗਤੀ ਨੂੰ ਆਪਣਾ ਜੀਵਨ ਸਫਲ ਬਣਾਵਾਂ ਚੱਲ ਮਾਰਗ ਸੱਚੇ ਤੇ ਨਾ ਤੂੰ ਪੈਰ ਪਿਛੇ ਪਰਤਾਵੀ ਮਾਤਾ ਕੈ ਵੀਰ ਸਿਆਂ ਜਿੱਧਰ ਮੂੰਹ ਹੁੰਦਾ ਤੂੰ ਜਾਵੀ ਝੁਕਾ ਕੇ ਮਾਤਾ ਨੂੰ ਘਰ ਤੋਂ ਤੁਰ ਪਰੀ ਉਪਕਾਰੀ ਲੇਖੇ ਦੁਖੀ ਗਰੀਬਾਂ ਦੇ ਲਾਤੀ ਆਪਣੀ ਜ਼ਿੰਦਗੀ ਸਾਰੀ ਧੰਨ ਬਾਬਾ ਵੀਰ ਸਿੰਘ ਨੂੰ ਹਾਂਜੀ ਵਾਲੀ ਅਸੀਸ ਝੁਕਾਵੀ ਮਾਤਾ